ਅੱਜ ਤੋਂ ਕੁਝ ਦਿਨ ਪਹਿਲਾਂ ਫਤਿਹਵੀਰ ਨਾਂ ਦਾ ਇੱਕ ਮੁੰਡਾ ਸੰਗਰੂਰ ਦੇ ਇੱਕ ਬੋਰਵੈਲ 'ਚ ਡਿੱਗਿਆ। 5 ਦਿਨ ਦਾ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਪ੍ਰਸ਼ਾਸਨ ਵੱਲੋਂ। ਕਿਹਾ ਗਿਆ ਬਾਰ ਬਾਰ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫਤਿਹਵੀਰ ਨੂੰ ਜ਼ਿੰਦਾ ਕੱਢ ਲਿੱਤਾ ਜਾਵੇ, ਲੇਕਿਨ 5 ਦਿਨ ਦੀ ਕੋਸ਼ਿਸ਼ਾਂ ਤੋਂ ਬਾਅਦ ਵੀ ਫਤਿਹਵੀਰ ਨੂੰ ਜ਼ਿੰਦਾ ਨਹੀਂ ਬਚਾਇਆ ਜਾ ਸਕਿਆ। ਉਸ ਤੋਂ ਬਾਅਦ ਕਾਫੀ ਸਵਾਲ ਖੜ੍ਹੇ ਹੋ ਰਹੇ ਨੇ, ਜਨਤਾ ਦੇ ਦਿਲਾਂ 'ਚ ਕਾਫੀ ਸਵਾਲ ਨੇ, ਇਹੋ ਜਿਹੇ ਸਵਾਲ ਨੇ ਕਿ ਕਿਉਂ ਆਰਮੀ ਨੂੰ ਇਨਵੋਲਵ ਨਹੀਂ ਕੀਤਾ ਗਿਆ, ਕਿਉਂ ਜਦੋਂ ਲਾਸਟ ਮੂਮੈਂਟ ਸੀਗੀ, ਜਦੋਂ ਫਰੈਕਸ਼ਨ ਆਫ ਸੈਕਿੰਡਸ ਦੀ ਵੀ ਕੀਮਤ ਸੀਗੀ ਉਸ ਟਾਈਮ 'ਤੇ, ਏਅਰ ਪੈਰਾਮੈਡਿਕਸ ਏਅਰ ਐਂਬੂਲੈਂਸ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਗਿਆ, ਇਹੋ ਜਿਹੇ ਕਾਫੀ ਸਵਾਲ ਨੇ ਜਨਤਾ ਦੇ ਦਿਲਾਂ 'ਚ। ਅਤੇ ਉਹਨਾਂ ਸਵਾਲਾਂ ਨੂੰ ਕੁਝ ਸਵਾਲਾਂ ਨੂੰ ਚੱਕ ਕੇ ਇੱਕ PIL ਹਾਈਕੋਰਟ ਦੇ ਵਿੱਚ ਦਾਇਰ ਕੀਤੀ ਗਈ, ਤਾਂ ਸਾਡੇ ਨਾਲ ਪਟੀਸ਼ਨਰ ਮੌਜੂਦ ਨੇ। ਸਰ ਕੀ ਨਾਂ ਜੀ ਆਪਣਾ? ਰਵਨੀਤ ਸਿੰਘ ਜੋਸ਼ੀ। ਰਵਨੀਤ ਜੀ, ਤੁਸੀਂ ਹੁਣ PIL ਇੱਕ ਪਟੀਸ਼ਨ ਫਾਈਲ ਕੀਤੀ ਆ ਹਾਈਕੋਰਟ 'ਚ, ਕੀ ਕੁਛ ਇਹਦੇ ਗਰਾਊਂਡ ਬੇਸਿਸ ਨੇ? ਦੇਖੋ ਜੀ, ਇਸ ਪਟੀਸ਼ਨ 'ਚ ਅਸੀਂ ਬਰੋਡਲੀ 4 ਮੰਗਾਂ ਰੱਖੀਆਂ ਨੇ। ਸਭ ਤੋਂ ਪਹਿਲੀ ਅਹਿਮ ਮੰਗ ਇਹ ਹੈ ਵੀ ਜਿਹੜੇ ਅਫਸਰ ਇਨਵੋਲਵ ਸੀਗੇ ਇਹਦੇ ਵਿੱਚ, ਜੋ ਰਿਸਪੋਂਸੀਬਲ ਨੇ ਇਸ ਆਪਰੇਸ਼ਨ ਦੀ ਡਿਲੇ ਦੇ ਵਿੱਚ, ਉਹਨਾਂ ਦੇ ਖਿਲਾਫ਼ ਕ੍ਰਿਮੀਨਲ ਲਾਇਬਿਲਟੀ ਹੋਵੇ। ਦੂਜੇ ਨੰਬਰ 'ਤੇ ਸਾਡੀ ਮੰਗ ਹੈ, ਕਿਉਂਕਿ ਸਰਕਾਰ ਦਾ 5 ਦਿਨਾਂ ਬਾਅਦ ਬਿਆਨ ਆਉਂਦਾ ਵੀ ਅਸੀਂ ਡੇ 1 ਤੋਂ ਇਸ ਨੂੰ ਵਾਚ ਕਰ ਰਹੇ ਸੀਗੇ, ਤਾਂ ਇਸ ਕਰਕੇ ਕੋਈ ਵੀ ਹੋਰ ਅਧਾਰਾ ਇਸ ਦੀ ਪ੍ਰੋਪਰ ਤਰੀਕੇ ਨਾਲ ਜਾਂਚ ਨਹੀਂ ਕਰ ਸਕਦਾ। ਅਸੀਂ ਇਸ ਦੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਦੀ ਮੰਗ ਰੱਖੀ ਹੈ, ਹਾਈਕੋਰਟ ਦੇ ਜੁਡੀਸ਼ੀਅਲ ਆਫੀਸਰਸ ਦੇ ਵੱਲੋਂ ਐਕਸਪਰਟਸ ਨੂੰ ਲੈ ਕੇ ਇੱਕ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਕੌਣ ਰਿਸਪੋਂਸੀਬਲ ਹੈ ਇਹਦੇ ਵਿੱਚ। ਤੀਜੇ ਨੰਬਰ 'ਤੇ ਸਾਡੀ ਮੰਗ ਹੈ, ਜੋ ਇੱਕ ਗਵਰਨਮੈਂਟ ਦੇ ਵੱਲੋਂ ਪ੍ਰੋਪਰ ਪਾਲਿਸੀ ਫਾਰਮੂਲੇਟ ਹੋਵੇ, ਜਿਹਦੇ ਵਿੱਚ ਸਟੈਪ ਬਾਏ ਸਟੈਪ ਡਿਟੇਲਡ ਪ੍ਰੋਸੀਜਰ ਹੋਵੇ ਵੀ ਕਿਸ ਰੂਪ 'ਚ ਇਸ ਆਈ ਪ੍ਰੋਬਲਮ ਦੇ ਨਾਲ ਕਿਵੇਂ ਨਜਿੱਠਣਾ। ਚੌਥੇ ਨੰਬਰ 'ਤੇ ਅਸੀਂ ਪਰਿਵਾਰ ਦੇ ਲਈ ਕੋਈ ਨਾ ਕੋਈ ਐਡੀਕੁਏਟ ਕੰਪਨਸੇਸ਼ਨ ਦੀ ਵੀ ਮੰਗ ਕੀਤੀ ਹੈ ਇਹਦੇ ਵਿੱਚ ਪਟੀਸ਼ਨ ਦੇ ਵਿੱਚ। ਇਹ ਜੋ ਤੁਸੀਂ PIL ਫਾਈਲ ਕੀਤੀ ਹੈ, ਇਸ ਤੋਂ ਬਾਅਦ ਕੋਈ ਜਵਾਬ ਮਿਲਿਆ ਹਜੇ ਤੱਕ ਕੋਰਟ ਵੱਲੋਂ? ਦੇਖੋ, ਅੱਜ ਸੁਣਵਾਈ ਸੀ ਕੋਰਟ ਦੇ ਵਿੱਚ, 1 ਤਰੀਕ ਸੀ, ਅਤੇ ਇਹਦੇ ਵਿੱਚ ਕੋਰਟ ਨੇ ਜੋ ਹੈ ਨੋਟਿਸ ਕਰ ਦਿੱਤਾ ਹੈ। ਨੋਟਿਸ ਦੇ ਇਲਾਵਾ ਉਹਨਾਂ ਨੇ ਚੀਫ ਸੈਕਟਰੀ ਜੋ ਪੰਜਾਬ ਹੈ ਉਹਨਾਂ ਨੂੰ ਡਾਇਰੈਕਸ਼ਨਾਂ ਦਿੱਤੀਆਂ ਨੇ ਵੀ ਤੁਸੀਂ ਇਸ ਮਾਮਲੇ ਦੇ ਵਿੱਚ ਪੂਰੀ ਡਿਟੇਲਡ ਸਟੇਟਸ ਰਿਪੋਰਟ ਕੋਰਟ ਦੇ ਵਿੱਚ ਅਗਲੀ ਡੇਟ ਤੋਂ ਪਹਿਲਾਂ ਫਾਈਲ ਕਰਨੀ ਹੈ। ਇਹ ਤੋਂ ਇਲਾਵਾ ਉਹਨਾਂ ਨੇ 2 ਸਵਾਲ ਹੋਰ ਪੁੱਛੇ ਨੇ ਡਿਸਟ੍ਰਿਕਟ ਤੋਂ, ਕਿਉਂਕਿ ਸਾਡੀ ਪਟੀਸ਼ਨ ਦੇ ਵਿੱਚ ਸੁਪਰੀਮ ਕੋਰਟ ਗਾਈਡਲਾਈਨਸ ਦਾ ਵਰਣਨ ਸੀ ਜੋ 2010 ਦੇ ਵਿੱਚ ਆ ਗਿਆ ਸੀ, ਜਿਨ੍ਹਾਂ ਦਾ ਜੇ ਕੰਪਲਾਇੰਸ ਹੋਇਆ ਹੁੰਦਾ ਤਾਂ ਸ਼ਾਇਦ ਅੱਜ ਫਤਿਹਵੀਰ ਆਪਣੇ ਵਿੱਚ ਹੁੰਦਾ। ਤਾਂ ਉਹ ਗਾਈਡਲਾਈਨ, ਉਹ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਸੀ, ਉਹਦੇ ਕੰਪਲਾਇੰਸ ਦੇ ਵਿੱਚ ਡਿਸਟ੍ਰਿਕਟ ਪ੍ਰਸ਼ਾਸਨ ਨੇ ਕੀ ਪੋਜ਼ਿਟਿਵ ਸਟੈਪ ਲਏ ਨੇ ਜਾਂ ਨਹੀਂ ਲਏ, ਇਹਦੇ ਬਾਰੇ ਸਵਾਲ ਹਾਈਕੋਰਟ ਨੇ ਪੁੱਛਿਆ ਡਿਸਟ੍ਰਿਕਟ ਪ੍ਰਸ਼ਾਸਨ ਨੂੰ। ਅਤੇ ਇਹ ਵੀ ਪੁੱਛਿਆ ਵੀ ਡਿਲੇ ਦੇ ਵਿੱਚ ਫਤਿਹਵੀਰ ਨੂੰ ਉੱਥੋਂ ਰਿਟਰੀਵ ਕਰਨ ਦੇ ਵਿੱਚ ਜਿਹੜੀ ਡਿਲੇ ਹੋਈ ਅਤੇ ਫਤਿਹਵੀਰ ਦੀ ਜੋ ਡੈਥ ਹੋਈ ਉਹਦੇ ਲਈ ਕੌਣ ਰਿਸਪੋਂਸੀਬਲ ਹੈ, ਇਹ ਸਵਾਲ ਪੁੱਛਦੇ ਹੋਏ ਨੋਟਿਸ ਅੱਜ ਕੋਰਟ ਨੇ ਇਸ਼ੂ ਕਰ ਦਿੱਤਾ ਹੈ। ਨੋਟਿਸ ਜਿਹੜਾ ਇਸ਼ੂ ਹੋਇਆ ਸਟੇਟ ਆਫ ਪੰਜਾਬ ਨੂੰ, ਯੂਨੀਅਨ ਆਫ ਇੰਡੀਆ ਨੂੰ, DC ਸੰਗਰੂਰ ਨੂੰ, SSP ਸੰਗਰੂਰ ਨੂੰ, SDM ਸੁਨਾਮ ਨੂੰ। ਅਤੇ ਤੁਹਾਨੂੰ ਦੱਸ ਦਈਏ ਕਿ ਇਸ PIL 'ਚ ਕਾਫੀ ਪਟੀਸ਼ਨਰ ਨੇ, ਦੂਜੇ ਪਟੀਸ਼ਨਰ ਵੀ ਸਾਡੇ ਨਾਲ ਮੌਜੂਦ ਨੇ। ਸਰ ਕੀ ਨਾਂ ਜੀ ਆਪਣਾ? ਗੁਰਜੀਤ ਸਿੰਘ ਭਾਜਪਾ। ਸਰ, ਜਿਹੜੀ ਇੱਕ ਪਾਣਾ ਸੀਗਾ ਉਹ ਵਰਤ ਗਿਆ, ਕਾਫੀ ਬੁਰਾ ਪਾਣਾ ਸੀਗਾ, ਲੇਕਿਨ ਉਹ ਵਰਤ ਗਿਆ, ਲੇਕਿਨ ਉਸ ਤੋਂ ਬਾਅਦ ਕਿਹੜੀ ਇਹੋ ਜਿਹੀ ਤੁਹਾਨੂੰ ਫੀਲਿੰਗ ਸੀਗੀ ਜਿਹਦੇ ਕਰਕੇ ਤੁਸੀਂ, ਤੁਹਾਨੂੰ ਇਹ ਲੱਗਿਆ ਕਿ ਨਹੀਂ ਇਹ ਕਰਨਾ ਹੀ ਚਾਹੀਦਾ, PIL ਵਰਗਾ ਇੱਕ ਸਟੈਪ ਜਿਹੜਾ ਤੁਸੀਂ ਚੁੱਕਿਆ, ਉਹ ਤੁਹਾਨੂੰ ਕਿਉਂ ਲੱਗਿਆ ਕਿ PIL ਕਰਨੀ ਚਾਹੀਦੀ ਕਿ ਅੱਗੇ ਤੋਂ ਕੋਈ ਕੋਈ ਐਸਾ ਪਾਣਾ ਨਾ ਵਰਤੇ ਤਾਂ ਕਰਕੇ? ਜੀ, ਮੈਂ ਇੱਥੇ ਤੁਹਾਨੂੰ ਦੱਸਦਾ ਕਿ ਜਿਹੜਾ ਬੱਚਾ ਡਿੱਗ ਗਿਆ ਉਸ ਤੋਂ ਬਾਅਦ ਜਿਹੜਾ ਕਿ ਜੇ ਜ਼ਿੰਮੇਵਾਰੀ ਬਣਦੀ ਸੀ ਪ੍ਰਸ਼ਾਸਨ ਦੀ, ਉੱਥੇ ਉਹਨਾਂ ਨੇ ਜਿਹੜਾ ਕਿ ਰੋਲ ਆਪਣਾ ਪਲੇ ਨਹੀਂ ਕੀਤਾ ਅੱਛੇ ਤਰੀਕੇ ਨਾਲ। ਅਗਰ ਉਹ ਰੋਲ ਪਲੇ ਕਰਦੇ ਤਾਂ ਬੱਚੇ ਦੀ ਜਿਹੜੀ ਜਾਨ ਸੀ ਬਚ ਸਕਦੀ ਸੀ, ਕਿਉਂਕਿ ਉੱਥੇ ਜਿਹੜਾ ਟੈਕਨੀਕਲੀ ਜਿਹੜਾ ਪ੍ਰੋਜੈਕਟ ਚੱਲਣਾ ਚਾਹੀਦਾ ਸੀ ਉਹ ਟੈਕਨੀਕਲੀ ਨਹੀਂ ਚੱਲਿਆ। ਉਹਨਾਂ ਨੇ ਜੁਗਾੜ ਲਾਉਂਦੇ ਰਹੇ, ਕਦੇ ਉਹ ਡੇਰਾ ਸੱਚਾ ਸੁੱਧੀ ਵੈਲਫੇਅਰ ਨੂੰ ਇਨਵੋਲਵ ਕਰ ਲੈਂਦੇ ਆ, ਉਹਨਾਂ ਡੇਰਾ ਸੱਚਾ ਸੁੱਧੀ ਵੈਲਫੇਅਰ ਨੂੰ ਅਗਰ ਫੋਰਸ ਨੂੰ ਇਨਵੋਲਵ ਕਰਦੇ ਕਿ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਲੀਡ ਕਰਨਾ ਸੀ ਉਹਨਾਂ ਨੂੰ ਕੌਣ ਕਰ ਰਿਹਾ ਸੀ, ਉਹਨੇ ਉਹਨਾਂ ਨੂੰ ਪਰਮਿਸ਼ਨਾਂ ਕਿੰਨੇ ਦਿੱਤੀ, ਅਗਰ ਪਰਮਿਸ਼ਨ ਦਿੱਤੀ ਤਾਂ ਉਹਨਾਂ ਦੀ ਕੀ ਕੈਜੀਬਿਲਟੀ ਚੈੱਕ ਕੀਤੀ ਕਿ ਉਹ ਖੱਡਾ ਖੋਦ ਕੇ ਬੱਚੇ ਨੂੰ ਕੱਢ, ਕਿਉਂਕਿ ਜਿਹੜਾ ਉਹਨਾਂ ਨੇ ਖੱਡਾ ਖੋਦਿਆ ਰੋਂਗ ਡਾਇਰੈਕਸ਼ਨ 'ਚ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਉਹ ਜਿਹੜਾ ਖੱਡਾ ਖੋਦਦੇ ਆ ਉਹ ਕਿਸੇ ਦੂਜੇ ਬੋਰਵੈਲ 'ਚੋਂ ਜਾ ਕੇ ਖੁੱਲ੍ਹ ਜਾਂਦਾ, ਤੀਜਾ ਫਿਰ ਖੇਡਦੇ ਜਿੱਥੋਂ ਫਤਿਹਵੀਰ ਨੂੰ ਲੋਕੇਟ ਨਹੀਂ ਕਰ ਪਾਉਂਦੇ। ਇਹ ਪ੍ਰਸ਼ਾਸਨ ਦਾ ਬੜਾ ਵੱਡਾ ਫੇਲੀਅਰ ਰਿਹਾ ਮੈਂ ਸਮਝਦਾ, ਜਿਸ ਵਜ੍ਹਾ ਤੋਂ ਬੱਚਾ 5 ਦਿਨ ਬਾਅਦ ਨਿਕਲਿਆ, ਬੱਚੇ ਦੀ ਡੈਥ ਹੋ ਜਾਂਦੀ, ਉਸ ਮਾਂ ਦਾ ਜਿਹੜਾ ਦਰਦ ਸੀ ਉਹ ਆਪਾਂ ਬਿਆਨ ਨਹੀਂ ਕਰ ਸਕਦੇ। ਪੂਰੇ ਹਿੰਦੁਸਤਾਨ ਨੇ ਕਿ ਆਲ ਵਰਲਡ ਦੇ ਵਿੱਚ ਜਿਹੜੀਆਂ ਭਾਵਨਾਵਾਂ ਸੀ ਲੋਕਾਂ ਦੀਆਂ, ਬੱਚੇ ਨਾਲ ਜੁੜੇ ਸੀ ਕਿ ਬੱਚੇ ਨੂੰ ਬਚਾ ਲਈ, ਲੇਕਿਨ ਪ੍ਰਸ਼ਾਸਨ ਦੀ ਸਭ ਤੋਂ ਵੱਡਾ ਉੱਥੇ ਫੇਲੀਅਰ ਹੈ, ਉਹਦੀ ਗਲਤੀ ਰਹੀ ਹੈ ਜਿਸ ਤੋਂ ਬੱਚੇ ਦੀ ਜਾਨ ਹੋਈ। ਅੱਗੋਂ ਵਾਸਤੇ ਭਾਣਾ ਨਾ ਵਾਪਰੇ, ਅਸੀਂ ਇਸ ਕਰਕੇ ਉਹ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹਾਂ, ਤਾਂ ਜੋ ਉਹ ਜਿਹੜੇ ਆਪਣੇ ਕਾਨੂੰਨ ਦੇ ਜਿਹੜੀਆਂ ਪਾਲਣਾ ਸੁਪਰੀਮ ਕੋਰਟ ਨੇ ਜਿੱਦਾਂ ਗਾਈਡਲਾਈਨ ਸੀ ਉਹਨਾਂ ਨੂੰ ਇੰਪਲੀਮੈਂਟ ਕਰਨ, ਉਹ ਕਾਗਜ਼ਾਂ ਦੇ ਵਿੱਚ ਦਿਖਾ ਕੇ ਭੇਜ ਦਿੰਦੇ ਕਿ ਅਸੀਂ ਇਹਨਾਂ ਨੂੰ ਇੰਪਲੀਮੈਂਟ ਕਰਤਾ, ਹਾਲਾਂਕਿ ਉਹ ਗਰਾਊਂਡ ਦੇ ਵਿੱਚ ਉਹਨਾਂ ਨੂੰ ਮੇਕ ਸ਼ੋਰ ਨਹੀਂ ਕਰਦੇ, ਥਿੱਲੇ ਇੰਪਲੀਮੈਂਟ ਨਹੀਂ ਕਰਦੇ, ਸਿਰਫ ਕਾਗਜ਼ੀ ਕਾਰਵਾਈਆਂ ਤੱਕ ਜਿਹੜਾ ਪ੍ਰਸ਼ਾਸਨ ਹੈ ਉਹ ਰਹਿ ਜਾਂਦਾ, ਤਾਂ ਕਰਕੇ ਜਿਹੜੇ ਲੋਕ ਨੇ ਦੁਖੀ ਨੇ, ਇੱਦਾਂ ਦੇ ਇੰਸੀਡੈਂਟ ਵਾਪਰਦੇ, ਲੋਕ ਪਰੇਸ਼ਾਨ ਰਹਿੰਦੇ ਨੇ ਹਮੇਸ਼ਾ। ਅੱਗੋਂ ਵਾਸਤੇ ਇਹ ਜਿਹੜਾ ਸੁਧਾਰ ਹੋ ਸਕੇ, ਇਹਨਾਂ ਦੇ ਖਿਲਾਫ਼ ਕਾਰਵਾਈ ਹੋ ਸਕੇ, ਤਾਂ ਜੋ ਇਹ ਜਿਹੜੀ ਆਪਣੀ ਕੰਮ ਦੇ ਵਿੱਚ ਕੁਤਾਹੀ ਨਾ ਵਰਤਣ, ਇਸ ਕਰਕੇ ਅਸੀਂ PIL ਫਾਈਲ ਕੀਤੀ ਹੈ ਔਰ ਉਸ ਪਰਿਵਾਰ ਦੇ ਲਈ ਕੰਪਨਸੇਸ਼ਨ ਦੀ ਵੀ ਮੰਗ ਕੀਤੀ, ਉਸ ਮਾਂ ਦਾ
ਤਾਂ ਕੰਪਸ ਤੁਸੀਂ ਲੈ ਕੇ ਆ ਜਾਓ। ਅਤੇ ਨਾਲੇ ਅੱਜ ਕੱਲ੍ਹ ਹਰ ਕਿਸੇ ਦੇ ਫੋਨ 'ਚ ਐਪਲੀਕੇਸ਼ਨ ਕੰਪਸ ਦੀ ਬਹੁਤ ਈਜ਼ੀਲੀ ਅਵੇਲੇਬਲ ਹੈ। ਦੂਜੇ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਡਿਜੀਟਲ ਇੰਡੀਆ ਵੱਲ ਜਾ ਰਹੇ ਹਾਂ, ਡਿਜੀਟਲ ਇੰਡੀਆ ਬਣਾ ਰਹੇ ਹਾਂ, ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਮੁਨਾਸਿਬ ਹੈ ਆਪਣੇ ਆਪ ਨੂੰ ਡਿਜੀਟਲ ਇੰਡੀਆ ਕਹਿਣਾ? ਦੇਖੋ ਜੀ, ਇਹਦੇ ਵਾਸਤੇ ਮੇਨ ਜਿਹੜਾ ਕੋਈ ਗਾਈਡਲਾਈਨ ਆਉਂਦੀਆਂ ਉੱਤੋਂ ਉਹ ਡਿਸਟ੍ਰਿਕਟ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਕਿ ਉਹਨਾਂ ਨੂੰ ਕਿੱਦਾਂ ਗਰਾਊਂਡ ਦੇ ਉੱਤੇ ਮੇਕ ਸ਼ੋਰ ਕਰਨਾ। ਇਹ ਅਫਸਰ ਆਪਣੇ ਦਫ਼ਤਰਾਂ 'ਚੋਂ ਬਹਿ ਕੇ ਕਾਗਜ਼ ਕਾਲੇ ਕਰਦੇ ਨੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਨੀਚੇ ਗਰਾਊਂਡ 'ਤੇ ਹੋ ਕੀ ਰਿਹਾ, ਇਹਨਾਂ ਦੇ ਛੋਟੇ ਅਧਿਕਾਰੀ ਵੀ ਕੀ ਕਰਦੇ। ਪਰ ਉੱਥੇ ਹੈਰਾਨੀ ਦੀ ਗੱਲ ਹੈ, ਉੱਥੇ ਮੌਕੇ 'ਤੇ SDM ਸੁਨਾਮ DC ਸੰਗਰੂਰ ਵੀ ਮੌਜੂਦ ਸੀ ਕਿ ਇਹ ਦੇਖ ਨਹੀਂ ਸਕਦੇ ਕਿ ਜਿਹੜਾ ਟੈਕਨੀਕਲ ਉੱਥੇ ਪ੍ਰੋਜੈਕਟ ਚੱਲ ਨਹੀਂ ਰਿਹਾ, ਉੱਥੇ ਜੁਗਾੜ ਕੀਤੇ ਜਾਂਦੇ, ਐਕਸਪੈਰੀਮੈਂਟ ਕੀਤੇ ਜਾ ਰਹੇ ਨੇ, ਲੋਕਾਂ ਨੂੰ ਕੈਮਰੇ ਦੇ ਵਿੱਚ ਦਿਖਾਇਆ ਜਾ ਰਿਹਾ, ਇੱਕ ਵੈਲਫੇਅਰ ਜਿਹੜੀ ਫੋਰਸ ਹੈ ਡੇਰਾ ਸੋਚਦੀ ਉਹਨੂੰ ਦਿਖਾਇਆ ਜਾ ਰਿਹਾ ਕਿ ਉੱਥੇ ਜ਼ਿੰਮੇਵਾਰੀ ਨਹੀਂ ਬਣਦੀ ਪ੍ਰਸ਼ਾਸਨ ਨੂੰ ਕਿ ਜੋ ਉਹਨਾਂ ਦੇ ਕਾਨੂੰਨ ਨੇ ਕਿ ਉਹ ਟੈਕਨੀਕਲ ਅਗਰ ਉਹਨਾਂ ਤੋਂ ਨਹੀਂ ਹੁੰਦਾ ਤਾਂ ਉੱਪਰੋਂ CM ਸਾਹਿਬ ਨੂੰ ਅਪਰੋਚ ਕਰ ਸਕਦੇ ਸੀ, ਉੱਥੋਂ ਹੈਲਪ ਲੈ ਸਕਦੇ ਕਿ ਇਹ ਬੱਚਾ ਸਾਡੇ ਤੋਂ ਨਹੀਂ ਕੱਢਿਆ ਜਾ, ਸਾਨੂੰ ਕੋਈ ਟੈਕਨੀਕਲ ਟੀਮ ਦਿਓ, ਤਾਂ ਉਹਨਾਂ ਨੇ ਕੁਛ ਕੀਤਾ ਹੀ ਨਹੀਂ। ਸਰ, ਅਸੀਂ ਦੁਬਾਰਾ ਤੁਹਾਡੇ ਨਾਲ ਗੱਲ ਕਰਾਂਗੇ ਕਿ ਤੁਹਾਨੂੰ ਕੀ ਲੱਗਦਾ ਕੁਛ ਸਪੈਸ਼ਲ ਫੋਰਸਿਸ ਕਿਉਂ ਨਹੀਂ ਡਿਪਲੋਏ ਕੀਤੀ ਗਈ ਉੱਥੇ? ਦੇਖੋ ਜੀ, ਉੱਥੇ ਨਾ ਕ੍ਰੈਡਿਟ ਲੈਣ ਦੀ ਸੀਗੀ, ਪਰ ਇਫੈਕਟਿਵਲੀ ਆਪਦੀ ਕੋਈ ਰਿਸਪੋਂਸੀਬਿਲਟੀ ਨਹੀਂ ਸੀ ਕਿਸੇ ਬੰਦੇ ਦੇ ਦਿਲ 'ਚ। ਜੋ ਉੱਥੇ ਪ੍ਰਸ਼ਾਸਨ ਸੀ ਉਹਨਾਂ ਨੂੰ ਲੱਗ ਰਿਹਾ ਸੀ ਵੀ ਕਿਉਂਕਿ ਆਮ ਲੋਕ ਲੱਗੇ ਹੋਏ ਨੇ ਇਹੋ ਜਿਹੇ ਓਪਰੇਸ਼ਨ 'ਚ, ਇਹ ਲੋਕ ਖੱਡਾ ਜੋ ਹੈ ਪੱਟਣਗੇ ਅਤੇ ਬੱਚੇ ਨੂੰ ਕੱਢ ਲੈਣਗੇ ਅਤੇ ਅਸੀਂ ਵਾਹਵਾਹੀ ਕਰਾ ਲਾਂਗੇ। ਪਰ ਉਹਨਾਂ ਨੇ ਜਿਹੜੀਆਂ ਇਹਦੇ ਵਿੱਚ ਟੈਕਨੀਕਲ ਐਸਪੈਕਟਸ ਇਨਵੋਲਵ ਹੁੰਦੇ, ਜਦੋਂ ਤੁਸੀਂ ਇੰਨੀ ਡੈਪਥ ਦੇ ਵਿੱਚ ਗਰਾਊਂਡ ਲੈਵਲ 'ਤੇ ਜਾਂਦੇ ਹੋ, ਪਹਿਲਾ ਗੱਲ ਤਾਂ ਤੁਹਾਡੇ ਕੋਲ ਪ੍ਰੋਪਰ ਸੇਫਟੀ ਇਕੁਇਪਮੈਂਟ, ਜਿਹੜਾ ਬੰਦਾ ਖੱਡਾ ਖੋਦ ਰਿਹਾ ਉਹਦੀ ਵੀ ਸੇਫਟੀ ਇਹਨਾਂ ਨੇ ਪ੍ਰੋਪਰ ਤਰੀਕੇ ਨਾਲ ਮੇਕ ਸ਼ੋਰ ਨਹੀਂ ਕੀਤੀ। ਬਾਅਦ 'ਚੋਂ ਪਤਾ ਲੱਗਿਆ ਕਿ ਉਹ ਬੰਦਾ ਜਿਹੜਾ ਪ੍ਰਾਈਵੇਟ ਬੰਦਾ ਸੀਗਾ ਜੋ ਕਿਸੇ ਲੋਕਲ ਏਰੀਏ ਤੋਂ ਆਇਆ ਸੀ, ਉਹ ਬਿਮਾਰ ਵੀ ਹੋ ਗਿਆ, ਉਹਨੂੰ ਪ੍ਰੋਪਰ ਮੈਡੀਕਲ ਏਡ ਵੀ ਦੇਣਾ ਪਿਆ, ਦੋ ਤਿੰਨ ਦਿਨ ਉਹ ਐਡਮਿਟ ਰਿਹਾ, ਉਦੋਂ ਬਾਅਦ ਠੀਕ ਹੋਇਆ। ਇਹ ਕੇਅਰਲੈਸਨੈਸ ਆਪਦੇ ਆਪ ਦੇ ਵਿੱਚ ਹੀ ਇਸਟੈਬਲਿਸ਼ ਕਰਦੀ ਹੈ ਵੀ ਜਦੋਂ ਤੁਸੀਂ ਐਡੀ ਵੱਡੀ ਪੋਸਟ 'ਤੇ ਹੋ, ਤੁਸੀਂ ਕੋਈ ਟ੍ਰੇਨਿੰਗ ਲੈ ਕੇ ਤੁਸੀਂ ਆਏ ਹੋ, ਤੁਹਾਨੂੰ ਇਹ ਨਹੀਂ ਪਤਾ ਵੀ ਜੇ ਇੰਨੀ ਡੈਪਥ ਦੇ ਵਿੱਚ ਕਿਸੇ ਬੰਦੇ ਨੂੰ ਤੁਸੀਂ ਅਲਾਓ ਕਰ ਰਹੇ ਹੋ ਨੀਚੇ ਜਾਣ ਲਈ ਕਿਸੇ ਰੈਸਕਿਊ ਆਪਰੇਸ਼ਨ ਨੂੰ ਕਰਨ ਦੇ ਲਈ। ਫਤਿਹਵੀਰ ਦੀ ਜਾਣ ਗਈ ਇੱਕ ਗੱਲ, ਉਹ ਤੋਂ ਇਲਾਵਾ ਹੋਰ ਵੀ ਇਹਨਾਂ ਦੀ ਤਾਂ ਜੇ ਇਹਨਾਂ ਦੀ ਰਿਸਪੋਂਸੀਬਿਲਟੀ ਦੇ ਤਹਿਤ ਚੱਲ ਰਹੇ ਹਾਂ ਆਪਾਂ, ਹੋਰ ਵੀ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਦਾ ਨੁਕਸਾਨ ਕਰਾਉਂਦੇ ਲੋਕ, ਤਾਂ ਇਹ ਨੋਨ ਰਿਸਪੋਂਸਿਵ, ਨੋਨ ਜਿਹੜਾ ਹੈ ਪ੍ਰੋਪਰ ਕੈਜੂਅਲ ਇਹਨਾਂ ਦਾ ਐਟੀਟਿਊਡ ਸੀ, ਇਹੀ ਰਿਸਪੋਂਸੀਬਲ ਹੈ ਜੋ ਨੁਕਸਾਨ ਹੋਇਆ ਉਹਦੇ ਵਿੱਚ। ਹੁਣ ਜਿਵੇਂ ਕਿ ਨੋਟਿਸ ਜਾਰੀ ਹੋ ਚੁੱਕਿਆ, ਉਸ ਤੋਂ ਬਾਅਦ ਤੁਹਾਡਾ ਅਗਲਾ ਸਟੈਪ ਕੀ ਹੋਊਗਾ, ਤੁਸੀਂ ਕੀ ਚਾਹੁੰਦੇ ਹੋ ਸਰਕਾਰ ਕੀ ਕੁਝ ਕਦਮ ਲਵੇ ਹੋਰ ਫਤਿਹਵੀਰ ਅਤੇ ਉਹਦੇ ਪਰਿਵਾਰ ਲਈ? ਦੇਖੋ ਜੀ, ਅਸੀਂ ਜੋ ਚਾਹੁੰਦੇ ਹਾਂ, ਕਿਉਂਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਜਦੋਂ ਵੀ ਕੋਈ ਪ੍ਰੋਪਰ ਕਿਸੇ ਮੰਤਰੀ ਨਾਲ ਹੋਵੇ, ਪੋਲੀਟੀਕਲ ਲੀਡਰ ਨਾਲ ਹੋਵੇ, ਕਿਸੇ ਅਫਸਰ ਦੀ ਕਿਸੇ ਛੋਟੀ ਜਿਹੀ ਕੁਤਾਹੀ ਹੋਵੇ ਨਾ, ਸਭ ਤੋਂ ਪਹਿਲਾਂ ਉਹਨੂੰ ਟਰਮੀਨੇਟ ਨਾਲ ਦੀ ਨਾਲ ਕੀਤਾ ਜਾਂਦਾ, ਉਦੋਂ ਬਾਅਦ ਕਿਸੇ ਇਨਕੁਆਇਰੀ ਦੀ ਜੋ ਹੈ ਆਰਡਰ ਕੀਤੇ ਜਾਂਦੇ ਆ, ਫਿਰ ਕਹਿੰਦੇ ਨੇ ਵੀ ਇਨਕੁਆਇਰੀ ਪਾਰਸ਼ੀਅਲ ਤਾਂ ਹੋਊਗੀ ਜੇ ਬੰਦਾ ਚਾਰਜ 'ਤੇ ਨਹੀਂ ਹੋਊਗਾ। ਹਜੇ ਤੱਕ ਇਹਨਾਂ ਨੂੰ ਪਤਾ ਨਹੀਂ ਕਿਉਂ ਇਹ ਦਰਦ ਮਹਿਸੂਸ ਨਹੀਂ ਹੋਇਆ, ਅਤੇ ਉਹੀ ਅਫਸਰਾਂ ਦੇ ਹੱਥ ਦੇ ਵਿੱਚ ਸੰਗਰੂਰ ਦੀ ਆਮ ਜਨਤਾ ਦੀ ਜ਼ਿੰਦਗੀ ਜੋ ਹੈ ਹਜੇ ਤੱਕ ਉਹਨਾਂ ਅਫਸਰਾਂ ਦੇ, ਉਹ ਲਾਪਰਵਾਹ ਅਫਸਰਾਂ ਦੇ ਹੱਥ 'ਚ ਦੇ ਰੱਖੀ ਹੈ, ਅਤੇ ਕੋਈ ਇਹਨਾਂ ਦੀ ਨਾ ਤਾਂ ਕਿਸੇ ਵੀ ਪ੍ਰਕਾਰ ਦੀ ਜੋ ਹੈ ਇਹਨਾਂ ਦੇ ਰਿਸਪੋਂਸੀਬਿਲਟੀ ਇਹਨਾਂ ਤੋਂ ਲੈਣੀ ਸੀ, ਕੋਈ ਪ੍ਰੋਪਰ ਅਕਾਊਂਟੇਬਲ ਆਫਿਸਰ, ਜਦੋਂ ਇਹਨਾਂ ਦਾ ਪਤਾ ਹੀ ਲੱਗ ਗਿਆ ਵੀ ਇਹਨਾਂ ਨੇ ਇੱਕ ਓਪਰੇਸ਼ਨ 'ਚ ਫੇਲ ਕਰਤਾ, ਜੇ ਕੋਈ ਹੋਰ ਹਾਦਸਾ ਵਾਪਰ ਜਾਂਦਾ ਇਹ ਬੰਦੇ ਇਨਕੋਂਪੀਟੈਂਟ ਨੇ, ਕਿਸੇ ਹੋਰ ਇੱਕ ਡਿਸਟ੍ਰਿਕਟ ਹੈ, ਡਿਸਟ੍ਰਿਕਟ ਦੀ ਰਿਸਪੋਂਸੀਬਿਲਟੀ ਹੈ ਇਹਨਾਂ ਦੇ ਕੋਲ, ਕੋਈ ਚੰਗਾ ਰਿਸਪੋਂਸੀਬਲ ਬੰਦਾ ਉੱਥੇ ਹੋਰ ਇੰਪਲੀਮੈਂਟ ਕਰਨਾ, ਡਿਪਲੋਏ ਕਰਨਾ ਸੀ। ਧੰਨਵਾਦ ਜੀ। ਆ ਸੀਗੇ ਸਾਡੇ ਨਾਲ ਉਸ PIL ਦੇ ਪਟੀਸ਼ਨਰ, ਜਿਸ PIL 'ਚ ਜਿਹੜੀ PIL ਦਾਇਰ ਕੀਤੀ ਗਈ ਹੈ ਹਾਈ ਕੋਰਟ 'ਚ ਫਤਿਹਵੀਰ ਲਈ, ਕਿਉਂਕਿ ਇੱਕ ਬਹੁਤ ਬੁਰਾ ਭਾਣਾ ਵਾਪਰ ਗਿਆ ਅਤੇ ਇਸ ਤੋਂ ਬਾਅਦ ਇਹੋ ਜਿਹੇ ਭਾਣੇ ਨਾ ਵਾਪਰਨ, ਇਹੋ ਜਿਹੀ ਕੋਈ ਜਾਨ ਨਾ ਜਾਏ, ਉਹਦੇ ਕਰਕੇ ਇਹਨਾਂ ਨੇ ਆਪਣੀ PIL ਫਾਈਲ ਕੀਤੀ ਹੈ। ਅਤੇ ਇਹਨਾਂ ਦਾ ਇਹ ਵੀ ਮੰਨਣਾ ਕਿ ਉਹ ਆਪਣੀ ਪਰਸਨਲ ਈਗੋਜ਼ ਨੂੰ ਸੈਟਿਸਫਾਈ ਕਰਨ ਲਈ, ਆਪਣੇ ਆਪ ਨੂੰ ਪ੍ਰੂਵ ਕਰਨ ਲਈ ਉੱਥੇ ਇਹੋ ਜਿਹੇ ਓਪਰੇਸ਼ਨ ਚਲਾਏ ਗਏ ਜਿਹਨਾਂ ਦਾ ਕੋਈ ਵਾਇਬਲ ਨਹੀਂ ਸੀਗੇ, ਜਿਹਨਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਿਆ। ਅਤੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਜਦੋਂ ਕੋਰਟ ਵੱਲੋਂ ਨੋਟਿਸ ਇਸ਼ੂ ਕਰ ਦਿੱਤਾ ਗਿਆ ਅਤੇ ਸਟੇਟਸ ਰਿਪੋਰਟ ਮੰਗ ਲਿੱਤਾ ਗਿਆ, ਅਤੇ ਹੁਣ ਪ੍ਰਸ਼ਾਸਨ ਵੱਲੋਂ ਕੀ ਕੁਝ ਜਵਾਬ ਦਿੱਤੇ ਜਾਣਗੇ ਕੋਰਟ ਨੂੰ? ਕੈਮਰਾਮੈਨ ਦੀਪਕ ਦੇ ਨਾਲ ਅਨਮੋਲ ਸਿੰਘ ਗੁਲਾਟੀ, ਦੈਨਿਕ ਸਵੇਰਾ, ਚੰਡੀਗੜ੍ਹ।